पंजाब की सरकारी बस सर्विस पीआरटीसी हुण नवे ज़माने नाल पैर मिलाउण जा रही है। पीआरटीसी वालों अपनी समुची 1180 बसां विच जीपीएस सिस्टम अते सीसीटीवी कैमरे लगाउण दा फैसला कीता गया। पीआरटीसी दे मैनेजिंग डायरैक्टर मंजीत सिंह नारंग ने उच्च अधिकारियों नाल मीटिंग करके यह प्रपोजल तैयार किया है। एमडी मंजीत सिंह नारंग का कहना है कि जीपीएस सिस्टम नाल किते भी चल रही बस की लोकेशन मुख्य दफ्तर नूं हर पल मिलेगी। सीसीटीवी कैमरे पूरी यात्री दी सुरक्षा दा इंतजाम करनगे। ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਬੱਸਾਂ ਸਾਡੀਆਂ ਹੁਣ ਤੱਕ ਕਿਲੋਮੀਟਰ ਸਕੀਮ 'ਚ 150 ਬੱਸ ਆਰਡੀਨਰੀ ਹੈ ਤੇ ਦੂਜੀਆਂ ਬੱਸਾਂ ਉਹਨਾਂ ਵਿੱਚ ਅਸੀਂ ਜਲਦੀ ਲਗਵਾਉਣ ਜਾ ਰਹੇ ਹਾਂ। ਸਾਰੇ 'ਚ ਜਿਹੜੇ ਸਾਡੀਆਂ ਕਿਲੋਮੀਟਰ ਸਕੀਮ ਦੇ ਵਿੱਚ HVAC ਤੇ ਸੁਪਰ ਇੰਟੈਗਰਲ ਕੋਚ ਹੈ ਉਹਨਾਂ ਸਾਡੇ ਆਲਰੇਡੀ ਸਾਰਾ ਕੁਝ ਲੱਗਿਆ ਹੋਇਆ। ਹੁਣ ਨਵੀਂ ਪਾਲਿਸੀ ਤਹਿਤ ਗੌਰਮੈਂਟ ਮੈਂਡੇਟਰੀ ਕਰ ਰਹੀ ਹੈ ਸਾਰਿਆਂ ਲਈ ਕਿ ਹਰ ਬੱਸ ਦੇ ਵਿੱਚ GPS ਵੀ ਹੋਵੇ ਤੇ ਕੈਮਰੇ ਵੀ ਨਾਲ ਹੋਣ। ਉਹ ਜਦੋਂ ਪਾਲਿਸੀ ਰਿਲੀਜ਼ ਹੋਏਗੀ ਉਹਦੇ ਬਾਅਦ 3 ਮਹੀਨੇ ਟਾਈਮ ਮਿਲਣਾ ਸਾਰਿਆਂ ਨੂੰ। ਉਹਨਾਂ 3 ਮਹੀਨਿਆਂ ਵਿੱਚ ਸਾਰੀਆਂ ਬੱਸਾਂ A to Z PRTC ਦੀਆਂ ਬੱਸਾਂ ਵਿੱਚ ਕੈਮਰੇ ਤੇ GPS ਵਗੈਰਾ ਫਿੱਟ ਹੋ ਜਾਣ।